ਸਮੁੱਚੇ ਕੋਟਕਪੂਰਾ ਨੂੰ ਚਾਰ ਚੁਫੇਰੇ ਤੋਂ ਸੀਲ ਕੀਤਾ ਹੋਇਆ ਤਾਂ ਕਿ ਸੰਗਤ ਇੱਥੇ ਜਾਪ ਕਰਨ ਨਾ ਪਹੁੰਚ ਸਕੇ। ਇਹਨਾਂ ਸਰਕਾਰਾਂ ਨੇ ਇਨਸਾਫ ਪਿਛਲੇ 34 ਸਾਲਾਂ ਤੋਂ ਜਿਹੜਾ 84 ਵਾਲਾ ਕਹਿ ਢਾਇਆ ਸੀ ਉਹਦਾ ਨਹੀਂ ਕੀਤਾ ਅਤੇ ਮੈਨੂੰ ਨਹੀਂ ਲੱਗਦਾ ਹੈਗਾ ਇਹ ਹੋਰ ਬੁਰੇ ਦੇ ਰਾਹ ਤੁਰੇ ਹੋਏ ਨੇ। ਸਾਡੇ ਨਾਲ ਹਰਪਿੰਦਰ ਸਿੰਘ ਕੋਟਕਪੂਰਾ ਮੌਜੂਦ ਨੇ। ਅਸੀਂ ਇਸ ਵਕਤ ਖੜ੍ਹੇ ਹਾਂ ਕੋਟਕਪੂਰਾ ਦੇ ਉਸੇ ਬੱਤੀਆਂ ਵਾਲੇ ਚੌਂਕ ਵਿੱਚ ਜਿੱਥੇ ਕਿ ਅੱਜ ਦੇ ਦਿਨ ਹੀ ਸਿੱਖ ਸੰਗਤਾਂ ਦੇ ਜੋ ਹੈ ਕਹਿ ਹਟਾਇਆ ਗਿਆ ਸੀ। ਸਰ, ਕਿਸ ਤਰ੍ਹਾਂ ਦਾ ਪ੍ਰੋਗਰਾਮ ਅੱਜ ਦੇ ਦਿਨ ਜੋ ਰੱਖਿਆ ਗਿਆ? ਅਸੀਂ ਸਮੁੱਚੀ ਸਿੱਖ ਸੰਗਤ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਿੱਖ ਸੰਗਤ ਇਹ ਉਹ ਸਥਾਨ ਆ ਜਿੱਥੇ ਸਨ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੇ ਮੰਗ ਨੂੰ ਲੈ ਕੇ ਸੰਗਤ ਬੈਠੀ ਸੀ। ਇਸੇ ਤਰ੍ਹਾਂ ਜਿਵੇਂ ਪਿੱਛੇ ਮੇਰੇ ਜਾਪ ਚੱਲ ਰਿਹਾ, ਉਹ ਨਿਤਨੇਮ ਕਰ ਰਹੀ ਸੀ ਔਰ ਨਿਤਨੇਮ ਕਰਦੀ ਸੰਗਤ 'ਤੇ ਹਕੂਮਤ ਨੇ ਕਹਿਰ ਢਾਇਆ। ਅਸੀਂ ਉਹ ਸਾਰਾ ਕੁਛ ਦਿਖਾਉਣਾ ਚਾਹੁੰਦੇ ਹਾਂ ਸਮੁੱਚੇ ਵਿਸ਼ਵ ਨੂੰ, ਸਮੁੱਚੀ ਸਿੱਖ ਸੰਗਤ ਨੂੰ, ਸਮੁੱਚੇ ਇਨਸਾਫ ਪਸੰਦ ਲੋਕਾਂ ਨੂੰ ਕਿ ਇਸ ਰੂਪ 'ਚ ਅਸੀਂ ਜਾਪ ਕਰ ਰਹੇ ਸੀਗੇ, ਪਾਠ ਕਰ ਰਹੇ ਸੀਗੇ ਅਤੇ ਹਕੂਮਤ ਸਾਨੂੰ ਪਾਠ ਕਰਨ ਤੋਂ ਰੋਕਿਆ ਔਰ ਅੱਜ ਵੀ ਉਹੀ 2015 ਵਾਲੀ ਪੁਜੀਸ਼ਨ ਬਣਾ ਕੇ ਸਮੁੱਚੇ ਕੋਟਕਪੂਰੇ ਨੂੰ ਚਾਰ ਚੁਫੇਰੇ ਤੋਂ ਸੀਲ ਕੀਤਾ ਹੋਇਆ ਤਾਂ ਕਿ ਸੰਗਤ ਇੱਥੇ ਜਾਪ ਕਰਨ ਨਾ ਪਹੁੰਚ ਸਕੇ। ਇਹ ਇਹ ਹਾਲਾਤ ਨੇ ਸਾਡੀਆਂ ਸਰਕਾਰਾਂ ਦੇ। ਤੁਹਾਨੂੰ ਕੀ ਲੱਗਦਾ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਇੱਥੇ ਜੋ ਲੋਕ ਆ ਰਹੇ ਨੇ? ਪੂਰੀ ਤਰ੍ਹਾਂ ਸਾਰਾ ਸ਼ਹਿਰ ਤੁਸੀਂ ਦੇਖ ਲਓ ਜੇ ਚਾਰਜ ਫਿਰ ਜਾ ਕੇ ਸਮੁੱਚਾ ਸ਼ਹਿਰ ਜਿਹੜਾ ਸੀਲ ਕੀਤਾ ਹੋਇਆ ਅਤੇ ਇੱਥੇ ਸੰਗਤ ਨੂੰ ਪਹੁੰਚਣ ਨਹੀਂ ਦਿੱਤਾ ਜਾ ਰਿਹਾ, ਦੇਖੀ ਜਾਂਦੇ ਚਾਰਜ ਫਿਰ। ਇੱਥੇ ਮੁੱਖ ਤੌਰ 'ਤੇ ਕਿਹੜੇ ਕਿਹੜੇ ਲੋਕ ਅੱਜ ਪਹੁੰਚੇ ਨੇ, ਜੇਕਰ ਮੁੱਖ ਲੋਕਾਂ ਦੀ ਗੱਲ ਕਰੀਏ ਆਪਾਂ? ਦੇਖੋ, ਗੁਰੂ ਕੀ ਸੰਗਤ ਤੋਂ ਵੱਡੀ ਹੋਰ ਕੋਈ ਨਹੀਂ, ਤਾਂ ਸਾਰੀ ਸੰਗਤ ਜਿਹੜੀ ਹੈ ਉਹ ਇਸ ਧਰਤੀ 'ਤੇ ਪਹੁੰਚ ਰਹੀ ਹੈ। ਵਿਦਵਾਨ ਜਿਹੜੇ ਨੇ ਉਹ ਪਹੁੰਚ ਰਹੇ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੈ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੈ, ਵਿਧਾਇਕ ਜਿਹੜੇ ਨੇ ਉਹਨਾਂ ਦੇ ਕਾਫੀ ਸੁਨੇਹੇ ਆਏ ਆ, ਪੰਜ ਪਿਆਰੇ ਸਾਹਿਬਾਨ ਜਿਹੜੇ ਇਹਨਾਂ ਨੇ ਬਰਖਾਸਤ ਕੀਤੇ ਸੀ ਉਹ ਪਹੁੰਚ ਰਹੇ ਨੇ। ਇਹ ਸਾਰੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ। ਬਾਕੀ ਸੰਗਤ ਨੂੰ ਬਹੁਤ ਵੱਡੇ ਪੱਧਰ 'ਤੇ ਚਾਰ ਚੁਫੇਰੇ ਤੋਂ ਸਮੁੱਚਾ ਸ਼ਹਿਰ ਸੀਲ ਕਰਕੇ ਰੋਕਿਆ ਜਾ ਰਿਹਾ। ਤੁਸੀਂ ਕੀ ਮੰਨਦੇ ਹੋ ਕਿ ਪਿਛਲੀ ਸਰਕਾਰ ਰਹੀ ਹੈ, ਹੁਣ ਸਰਕਾਰ ਰਹੀ ਹੈ, ਪਰ ਇਨਸਾਫ ਅੱਜ ਵੀ ਕਿਤੇ ਨਾ ਕਿਤੇ ਪਿੱਛੇ ਹੈ? ਦੇਖੋ, 8 ਅਕਤੂਬਰ 1947 ਯਾਦ ਕਰੋ, ਜਦੋਂ ਨਹਿਰੂ ਨੇ ਸਿਰਫ 44 ਦਿਨ ਦੇ ਬਾਅਦ ਇੱਕ ਪੱਤਰ ਜਾਰੀ ਕੀਤਾ ਸੀ ਕਿ ਸਿੱਖ ਜਿਹੜਾ ਉਹ ਜ਼ਰਾਇਮ ਪੇਸ਼ਾ ਕੌਮ ਅਤੇ ਇਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਜਦੋਂ ਸਰਕਾਰਾਂ ਇਸ ਪੱਧਰ 'ਤੇ ਪਹੁੰਚਦੀਆਂ, ਸਿੱਖ ਨੂੰ ਜ਼ਰਾਇਮ ਪੇਸ਼ਾ ਕਹਿੰਦੀਆਂ, ਇਹਨਾਂ ਸਰਕਾਰਾਂ ਨੇ ਇਨਸਾਫ ਪਿਛਲੇ 34 ਸਾਲਾਂ ਤੋਂ ਜਿਹੜਾ 84 ਵਾਲਾ ਕਹਿ ਢਾਇਆ ਸੀ ਉਹਦਾ ਨਹੀਂ ਕੀਤਾ ਅਤੇ ਮੈਨੂੰ ਨਹੀਂ ਲੱਗਦਾ ਹੈਗਾ ਇਹ ਹੋਰ ਬੁਰੇ ਦੇ ਰਾਹ ਤੁਰੇ ਹੋਏ ਨੇ। ਇਹ ਜਿਸ ਤਰ੍ਹਾਂ ਕੈਪਟਨ ਸਾਹਿਬ ਵੱਲੋਂ ਵਾਅਦਾ ਕੀਤਾ ਜਾਣਾ ਸੱਤਾ ਵਿੱਚ ਆਉਣਾ ਅਤੇ ਹੁਣ ਹਰ ਗੱਲ ਤੋਂ ਪਿੱਛੇ ਹਟਣਾ, ਕੀ ਲੱਗਦਾ ਤੁਹਾਨੂੰ ਹੁਣ ਕਾਂਗਰਸ ਸਰਕਾਰ ਇਨਸਾਫ ਦੇ ਸਕੋਗੇ? ਇਹ ਤਾਂ ਕਾਂਗਰਸ ਹੀ ਦੱਸ ਸਕਦੀ ਹੈ, ਪਰ ਹਾਲੇ ਤੱਕ ਅਜਿਹੇ ਇਨਸਾਫ ਸਾਹਮਣੇ ਆਉਣ ਦੇ ਆਸਾਰ ਜਿਹੜੇ ਆ ਉਹ ਦਿਸੇ ਨਹੀਂ ਹੈਗੇ। ਜਿਸ ਤਰ੍ਹਾਂ ਉਹਨਾਂ ਨੇ ਰਣਜੀਤ ਸਿੰਘ ਕਮਿਸ਼ਨ ਬਣਾਇਆ, ਕਰੋੜਾਂ ਰੁਪਈਆ ਉੱਤੇ ਖਰਚਿਆ ਔਰ ਹਾਈ ਕੋਰਟ ਦੇ ਵਿੱਚ ਇਹ ਬਿਆਨ ਦੇ ਰਹੇ ਨੇ ਕਿ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੰਨਣੀਆਂ ਸਰਕਾਰ ਵਾਸਤੇ ਜ਼ਰੂਰੀ ਨਹੀਂ। ਦੱਸੋ ਹੋਰ। ਹੁਣ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ, ਇੱਕ ਪਾਸੇ ਬਰਗਾੜੀ ਮੋਰਚਾ ਚੱਲ ਰਿਹਾ, ਇੱਕ ਪਾਸੇ ਅੱਜ ਦਾ ਕਰ ਪ੍ਰੋਗਰਾਮ ਹੈ, ਕੀ ਇਹ ਪ੍ਰੋਗਰਾਮ ਵੱਖ ਵੱਖ ਜਥੇਬੰਦੀਆਂ ਵੱਲੋਂ ਰੱਖੇ ਗਏ ਨੇ? ਦੇਖੋ, ਸਮੁੱਚਾ ਸਿੱਖ ਸੰਗਤ ਵੱਲੋਂ ਪ੍ਰੋਗਰਾਮ ਹੈ ਜੀ, ਬਰਗਾੜੀ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਦਿਨ ਦਾ ਪ੍ਰੋਗਰਾਮ ਹੈ। ਇਹ ਜਿਹੜਾ ਅਸੀਂ ਉਹ ਦ੍ਰਿਸ਼ ਚਿੱਤਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਰੂਪ ਦੇ ਵਿੱਚ ਸੰਗਤ ਸੁਬਾਹ ਬੈਠੀ ਸੀਗੀ ਅਤੇ ਇਹਨੂੰ ਅਸੀਂ ਉਹ ਬਰਗਾੜੀ ਵਾਲਾ ਸ਼ਹੀਦੀ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਇਹਨੂੰ ਸਮਾਪਤ ਕਰ ਦੇਣਾ, ਇਹ ਵੱਖੋ ਵੱਖਰੇ ਨਹੀਂ ਹੈਗੇ। ਅਸੀਂ ਮੇਰੇ ਨਾਲ ਹਰਪਿੰਦਰ ਸਿੰਘ ਕੋਟਕਪੂਰਾ ਜੀ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਦੱਸਿਆ ਕਿ ਉਸੇ ਸੀਨ ਨੂੰ ਅੱਜ ਫਿਰ ਤੋਂ ਇੱਕ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਦਰਸਾਇਆ ਗਿਆ ਹੈ ਕਿ ਇਸੇ ਤਰੀਕੇ ਨਾਲ ਜੋ ਹੈ ਸਿੱਖ ਸੰਗਤ ਉਸ ਸਮੇਂ ਵੀ ਅਰਦਾਸ ਕਰ ਰਹੀ ਸੀ ਜਦੋਂ ਉਹਨਾਂ 'ਤੇ ਅੱਜ ਦੇ ਦਿਨ ਜੋ ਹੈ 2015 ਵਿੱਚ ਕਹਿਰ ਢਾਇਆ ਗਿਆ। ਇਸ ਦੇ ਨਾਲ ਨਾਲ ਸਭ ਤੋਂ ਵੱਡੀ ਖਾਸ ਗੱਲ ਇੱਕ ਹੋਰ ਹੈ ਕਿ ਜੇਕਰ ਇਹਨਾਂ ਦੀ ਮੰਨੀਏ ਤਾਂ ਇਸ ਵਾਰ ਮੁੜ ਤੋਂ ਪੁਲਿਸ ਵੱਲੋਂ ਵੱਡੀ ਨਾਕੇਬੰਦੀ ਕੀਤੀ ਗਈ ਹੈ ਅਤੇ ਜੋ ਇੱਥੇ ਆਉਣ ਵਾਲੀ ਸੰਗਤ ਹੈ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਸ ਤੋਂ ਅਗਲਾ ਰੂਪ ਜੋ ਹੈ ਸਿੱਖ ਸੰਗਤ ਕੀ ਅਖਤਿਆਰ ਕਰਦੀ ਹੈ ਅਤੇ ਸੰਗਤ ਨੂੰ ਜੋ ਆਉਣ ਵਾਲੇ ਸਮੇਂ ਵਿੱਚ ਹੈ ਇਨਸਾਫ ਕਦੋਂ ਤੱਕ ਮਿਲਦਾ ਹੈ? ਕੋਟਕਪੂਰਾ ਤੋਂ ਕੈਮਰਾ ਪਰਸਨ ਰਾਜੇਸ਼ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।